ਸੋ ਹੇ ਗਾਇਜ਼, ਕੀ ਹਾਲ ਚਾਲ ਹੈ? ਸਭ ਤੋਂ ਪਹਿਲੇ ਸਾਰੇ ਵਧੀਆ ਹੋਵੋਗੇ। ਵੀ ਡੋਨਟ ਪਲੇ ਸੁਲਤਾਨ ਐਕਸ ਬਿਗ ਘੁੰਮਣ ਐਕਸ ਜੇ ਡਰੈਗ। ਸੁਲਤਾਨ ਬਾਈ ਦੀ ਨਵੀਂ ਈ ਪੀ ਆਈ ਹੈ ਨਟੋਰੀਅਸ, ਉਹਦੇ ਵਿੱਚ ਇਹ ਗਾਣੇ ਨੇ। ਆਜੋ ਚੈੱਕ ਕਰਦੇ ਹਾਂ। ਮਸਟੈਂਗ ਐਗਜ਼ੌਸਟ, ਹਾਂ ਇਹ ਐਗਜ਼ੌਸਟ ਆਫਟਰ ਮਾਰਕੀਟ ਸਾਊਂਡ ਹੈ। ਇਹ ਮੇਨ ਜਿਹੜੀ ਮਸਟੈਂਗ ਦੇ ਨਾਲ ਆਉਂਦਾ ਉਹਦੀ ਸਾਊਂਡ ਨਹੀਂ ਆਇਆ। Yeah, B.I.G. Sultan, you already know, baby. J-Track, K, Mustangs, Mustang de khase fan hai na purane wali de vi agran di lali tanu rendi mochni charche da bisha hun jatt da e putt ni pit piche bolde muh te aage chup ni bachcha bachcha jarda area ch thok ni agran di lali tanu rendi mochni charche da bisha hun jatt da e putt ni pit piche bolde muh te aage chup ni bachcha bachcha jarda area ch thok ni ਭਾਵੇਂ ਸੁਲਤਾਨ ਹੋਰੀ ਨਸ਼ੇ ਪੱਤੇ ਦੀ ਮਾੜੀ ਮੋਟੀ ਗੱਲਬਾਤ ਕਰਦੇ ਆ, ਠੀਕ ਆ, ਮਾੜੀ ਮੋਟੀ ਚਲ ਵਾਹਵਾ ਹੀ ਕਰਦੇ ਆ, ਠੀਕ ਆ, ਪਰ ਇੱਕ ਅਣਖ ਦੀ ਗੱਲ ਵੀ ਕਰਦੇ ਆ। ਇੱਕ ਇੱਕ ਉਹ ਹੁੰਦਾ ਨਾ ਫਲੋ ਹੁੰਦਾ, ਇੱਕ ਇੱਕ ਅੜਬਪੁਣਾ ਹੁੰਦਾ, ਹੈ ਨਾ, ਗਰੂਰ ਹੁੰਦਾ, ਇੱਕ ਐਟੀਟਿਊਡ, ਲਾਈਕ ਪੋਜ਼ਿਟਿਵ ਐਟੀਟਿਊਡ, ਉਹਦੀ ਗੱਲ ਕਰਦੇ ਆ, ਉਹ ਚੀਜ਼ ਵਧੀਆ ਲੱਗਦੀ ਆ। ਹੁਣ ਕੱਲੀ ਕੱਲੀ ਤੁਕਦਾ ਨੀ, ਐਸ਼ ਕਰਾਂ ਪੂਰੀ ਨਾ ਜੇ ਉਹਦਾ ਘੁੱਟ ਘੁੱਟ ਨੀ, ਤੀਜਾ ਨੀ ਭੰਗ ਤੇਥੋਂ ਛੁੱਟ ਨੀ, ਬਣਦੇ ਸੀ ਬੈਲੀ ਤੇ ਬਣਾ ਦਿੱਤੇ ਪੁੱਤ ਨੀ, ਮਰੇ ਉੱਤੇ ਯਾਰ ਦੇ ਲੱਗਣੇ ਆ ਬੁੱਤ ਨੀ, ਤਾਨੂੰ ਰਹਿੰਦੀ ਮੁੱਛ ਨੀ ਚਰਚੇ ਦਾ ਵਿਸ਼ਾ ਹੁਣ ਜੱਟ ਦਾ ਏ ਪੁੱਤ ਨੀ, ਪਿੱਠ ਪਿੱਛੇ ਬੋਲਦੇ ਮੂੰਹ ਤੇ ਆ ਕੇ ਚੁੱਪ ਨੀ, ਬੱਚਾ ਬੱਚਾ ਜਾਣਦਾ ਏਰੀਏ ਚ ਠੁੱਕ ਨੀ, ਅੱਖ ਰਹਿੰਦੀ ਲਾਲ ਨੀ ਤਾਨੂੰ ਰਹਿੰਦੀ ਮੁੱਛ ਨੀ ਚਰਚੇ ਦਾ ਵਿਸ਼ਾ ਹੁਣ ਜੱਟ ਦਾ ਏ ਪੁੱਤ ਨੀ, ਪਿੱਠ ਪਿੱਛੇ ਬੋਲਦੇ ਮੂੰਹ ਤੇ ਆ ਕੇ ਚੁੱਪ ਨੀ, ਬੱਚਾ ਬੱਚਾ ਜਾਣਦਾ ਏਰੀਏ ਚ ਠੁੱਕ ਨੀ, ਜੁਣੇ ਮੋੜ ਵਾਂਗੂ ਮਾਰੇ ਯਾ ਢਿੱਡਾਕਾ, ਤੇਰਾ ਹੁਣ ਦਿੰਦਾ ਬਾਲ ਵੀ ਨੀ ਬਾਕਾ, ਬਾਕਾ ਮਿਹਨਤਾਂ ਤੇ ਖਾਧੀਆਂ ਖਰਾਕਾਂ, ਖਰਾਕਾਂ ਅਜੇ ਉਹੀ ਸ਼ੇਰ ਦਾ ਇਲਾਕਾ, ਇਲਾਕਾ ਸੜਦੇ ਯਾਰਾਂ ਤੋਂ ਖਾਂਦੇ ਖਾਰ ਨੇ ਬੜੇ, ਨਾਲ ਮਿੱਤਰਾਂ ਦੇ ਯਾਰ ਨੇ ਬੜੇ, ਬਾਤਾਂ ਦੇ ਆ ਕਾਕੇ ਫਿਕਰ ਨਾ ਫਾਕੇ, ਪੀਲੇ ਉੱਤੇ ਬੈਠਾ ਯੱਟ ਤੋੜਦਾ ਆ ਨਾਕੇ, ਅੱਡੇ ਵੈਂਦੀਆਂ ਨੂੰ ਜਾਣਦਾ ਮੈਂ ਟਿੱਚ ਨੀ, ਗੱਲਾਂ ਪੇਠੇ ਉੱਤੇ ਬੰਦਾ ਕਾਹਦਾ ਵਿੱਚ ਨੀ, ਪੈਸੇ ਲੋੜੋ ਵੱਧ ਯਾਰੀਆਂ ਦੇ ਰਿੱਚ ਨੀ, ਯੱਟ ਬੁੱਕ ਦਾ ਮੈਦਾਨਾਂ ਦੇ ਆ ਵਿੱਚ ਨੀ, ਤਾਨੂੰ ਰਹਿੰਦੀ ਮੁੱਛ ਨੀ ਚਰਚੇ ਦਾ ਵਿਸ਼ਾ ਹੁਣ ਜੱਟ ਦਾ ਏ ਪੁੱਤ ਨੀ, ਪਿੱਠ ਪਿੱਛੇ ਬੋਲਦੇ ਮੂੰਹ ਤੇ ਆ ਕੇ ਚੁੱਪ ਨੀ, ਬੱਚਾ ਬੱਚਾ ਜਾਣਦਾ ਏਰੀਏ ਚ ਠੁੱਕ ਨੀ। ਮੈਂ ਕਹਾਂਗਾ ਜਿੰਨੇ ਵੀ ਸੁਲਤਾਨ ਨੇ ਬੰਦੇ ਆਪਣੇ ਨਾਲ ਲਾਈਕ ਰੈਪ ਦੇ ਵਿੱਚ ਵਾੜੇ ਨੇ, ਉਹਨਾਂ 'ਚੋਂ ਵਨ ਆਫ ਮਾਈ ਫੇਵਰੇਟ ਇਜ਼ ਬੈਗ ਘੁੰਮਣ, ਠੀਕ ਆ। ਅਤੇ ਇੱਕ ਤਾਂ ਚਲੋ ਘੁੰਮਣ ਵਰਡ ਕਿਤੇ ਕਿਤੇ ਬੋਲਦਾ ਅਤੇ ਬਾਈ ਪਾਉਂਦੀ ਆਪਣੀ ਫੀਲ ਆਉਂਦੀ ਵਿੱਚ, ਹੈ ਨਾ। ਦੂਜਾ ਬਾਈ ਦੀ ਲਿਰਿਕਸ ਅਤੇ ਬਾਈ ਦਾ ਜਿਮ ਸਟਾਈਲ, ਬਾਈ ਦਾ ਥੋੜ੍ਹਾ ਅੜਬ ਜਿਹੇ ਤਰੀਕੇ ਨਾਲ ਬੋਲਣਾ, ਉਹ ਚੀਜ਼ ਬਹੁਤ ਪਿਆਰੀ ਲੱਗਦੀ ਆ। ਰਹਿੰਦੀ ਲਾਲ ਨੀ ਤਾਨੂੰ ਰਹਿੰਦੀ ਮੁੱਛ ਨੀ ਚਰਚੇ ਦਾ ਵਿਸ਼ਾ ਹੁਣ ਜੱਟ ਦਾ ਏ ਪੁੱਤ ਨੀ, ਪਿੱਠ ਪਿੱਛੇ ਬੋਲਦੇ ਮੂੰਹ ਤੇ ਆ ਕੇ ਚੁੱਪ ਨੀ, ਬੱਚਾ ਬੱਚਾ ਜਾਣਦਾ ਏਰੀਏ ਚ ਠੁੱਕ ਨੀ। ਕੰਮ ਤਾਂ ਘੈਂਟ ਕੀਤਾ, ਠੀਕ ਹੈ, ਹਲਕੇ ਹਲਕੇ ਫਲੂਟ ਦਾ ਸੈਂਪਲਸ, ਠੀਕ ਹੈ, ਆਰਪੀਜੀਏਟਰ ਸੈਂਪਲਸ, ਠੀਕ ਹੈ, ਬੜਾ ਪਿਆਰਾ ਕੰਮ ਹੈ, ਹੈਵੀ ਬੀਟ ਆ, ਠੀਕ ਹੈ, ਕੋਈ ਨਜਾਇਜ਼ ਸੈਂਪਲ ਹੈ ਹੀ ਨਹੀਂ ਗਾਣੇ ਦੇ ਵਿੱਚ, ਕੋਈ ਨਜਾਇਜ਼ ਕੋਈ ਇਫੈਕਟ, ਕੋਈ ਗੋਲੀਆਂ ਗਾਲੀਆਂ ਬਾਤੀਆਂ ਕਰ ਸਕਦੇ ਸੀਗੇ, ਹੋਰ ਉਹਦੇ ਨਾਲ ਥੋੜ੍ਹਾ ਲੈਵਲ ਅਪ ਹੋ ਜਾਂਦਾ, ਪਰ ਸੁਲਤਾਨ ਹੋਰਾਂ ਦੀ ਆਵਾਜ਼ ਅਤੇ ਉਹਨਾਂ ਦੀ ਇੱਕ ਜਿਹੜਾ ਟੋਨ ਆ ਗਾਉਣ ਦਾ, ਉਹ ਹੀ ਇੱਦਾਂ ਦੀ ਆ
ਕਿ ਇਹਨਾਂ ਨੂੰ ਬਹੁਤੀ ਚੀਜ਼ ਕਰਨ ਦੀ ਲੋੜ ਨਹੀਂ ਪੈਂਦੀ। ਟ੍ਰੈਂਡਿੰਗ 11 ਫੋਰ ਮਿਊਜ਼ਿਕ ਗਾਈਜ਼, 1.5 million ਵਿਊ ਆ, ਠੀਕ ਆ, ਨਾਈਸ ਕੰਮ ਆ, ਅਤੇ ਬਸ ਖਿੱਚ ਕੇ ਰੱਖੋ, ਠੀਕ ਆ। ਬਾਕੀ ਮੈਨੂੰ ਈ ਪੀ ਮੈਂ ਥੋੜ੍ਹੀ ਥੋੜ੍ਹੀ ਸੁਣੀ ਸੀਗੀ, ਅਤੇ ਥੋੜ੍ਹਾ ਜਿਹਾ ਕਿ ਨਵੇਂ ਤਰੀਕੇ ਦਾ ਫਲੋ ਕੀਤਾ ਯੂ ਸੁਲਤਾਨ ਨੇ, ਮੈਨੂੰ ਲੱਗਦਾ ਸ਼ਾਇਦ ਟਾਈਮ ਲੱਗੂਗਾ ਸਮਝ ਆਉਣ 'ਤੇ। ਸਤਿ ਸ਼੍ਰੀ ਅਕਾਲ।